ਸਾਡੇ ਨਾਲ ਸਾਡੇ ਸਹਿਯੋਗੀ ਬਜ਼ਮ ਵਰਮਾ ਜੁੜ ਗਏ ਨੇ ਜਿਹੜੇ ਪੀੜਤ ਪਰਿਵਾਰਾਂ ਦੇ ਨਾਲ ਨੇ ਪੀੜਤ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਡੀਕ ਰੀਆਂ ਸੀਗੀਆਂ ਕਿ ਉਹ ਆਪਣੇ ਘਰ ਦੇ ਮੈਂਬਰਸ ਨੂੰ ਦੇਖਣਗੇ ਪਰ ਦੇਖ ਨਹੀਂ ਪਾਇਆ ਬਲਕਿ ਉਹਨਾਂ ਦੇ ਸਰ ਹੋਰ ਇਲਜ਼ਾਮ ਜਿਹੜੇ ਨੇ ਉਹ ਮਾਰ ਦਿੱਤੇ ਗਏ ਨੇ ਬਜ਼ਮ ਤੁਸੀਂ ਕਿੰਨਾ ਦੇ ਪਰਿਵਾਰ ਦੇ ਨਾਲ ਹੋ ਤੇ ਉਹਨਾਂ ਦਾ ਕੀ ਕਹਿਣਾ ਬਿਲਕੁਲ ਦੇਖੋ ਨਿਤਿਕਾ जिस तरीके ਨਾਲ ਤੁਸੀਂ ਵੀ ਇੱਕ ਮੁਹਾਵਰੇ ਨਾਲ ਸ਼ੁਰੂਆਤ ਕੀਤੀ ਸੀ ਮੈਂ ਵੀ ਕਹੂੰਗਾ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਹਿੰਦੀ ਚ ਕਹਾਵਤ ਹੈ ਤੇ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਹਮੇਸ਼ਾ ਇਹ ਕਿਹਾ ਜਾਂਦਾ ਸੀ ਮੈਂ ਅੱਜ ਤੱਕ ਇਹ ਸੁਣਦਾ ਆਇਆ ਕਿ ਜਿੰਨੀ ਵੀ ਹੀਰੋਇਨ ਹੈ ਡਰੱਗ ਸਪਲਾਈ ਹੈ ਉਹ ਪਾਕਿਸਤਾਨ ਤੋਂ ਇੰਡੀਆ ਆਉਂਦੀ ਹੈ ਪੰਜਾਬ ਦੇ ਕਈ ਇਲਾਕੇ ਜਿਹੜਾ ਉਹ ਗੇਟਵੇ ਬਣੇ ਹੋਏ ਨੇ ਕਿ ਇੰਡੀਆ 'ਚ ਜਦ ਡਰੱਗ ਸਮਗਲਿੰਗ ਹੁੰਦੀ ਹੈ ਪਾਕਿਸਤਾਨੋਂ ਉਹ ਪੰਜਾਬ ਦੇ ਥਰੂ ਕਰਦੇ ਨੇ ਪਰ ਇਹ ਸ਼ਾਇਦ ਪਹਿਲੀ ਵਾਰ ਸੁਣਿਆ ਹੈ ਕਿ ਰੇਂਜਰਸ ਇਹ ਆਰੋਪ ਲਾ ਰਹੇ ਹੋਣ ਕਿ ਇੰਡੀਆ ਦੇ ਕੁਝ ਸਮਗਲਰ ਨੇ ਜਿਹੜੇ ਕਿ ਉੱਥੇ ਡਰੱਗਸ ਤੇ ਜਿਹੜੇ ਉਹ ਵੈਪਨਸ ਪਹੁੰਚਾ ਰਹੇ ਸੀਗੇ ਤਾਂ ਆਪਣੇ ਆਪ 'ਚ ਜਿਹੜੇ ਕਈ ਸਾਰੇ ਸਵਾਲ ਇਹ ਖੜਦੇ ਆ ਕਿ ਨਾਲ ਦੇ ਨਾਲ ਜਿਹੜਾ ਟਵੀਟ ਤੁਸੀਂ ਦਿਖਾਇਆ ਟਵੀਟ 'ਚ ਆਪਣੇ ਆਪ ਪਾਕਿਸਤਾਨ ਦੀ ਵਾਂ ਵੀ ਇਹੀ ਕਹਿ ਰਹੀ ਹੈ ਕਿ ਆਖਿਰਕਾਰ ਇਹ ਸਭ ਕੁਝ ਹੈ ਜੋ ਬੇਬੁਨਿਆਦ ਹੈ ਕਿਉਂਕਿ ਜਿਸ ਤਰੀਕੇ ਨਾਲ ਚਾਈਨਾ ਨੇ ਜਦ ਜੋ ਕੁਝ ਹੋਇਆ ਸੀਗਾ ਕੋਵਿਡ ਵੇਲੇ ਉਸ ਸਮੇਂ ਗੁਲਵਾਨ ਕਰਕੇ ਸਾਰਾ ਕੁਝ ਧਿਆਨ ਜਿਹੜਾ ਹੈ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਫਿਰ ਪਾਕਿਸਤਾਨ ਵੀ ਚਾਈਨਾ ਦਾ ਚੇਲਾ ਹੀ ਹੈ ਉਹ ਵੀ ਜੋ ਕੁਝ ਇਸ ਵਕਤ ਜਿਹੜਾ ਹੈ ਚਾਈਨਾ ਪਾਕਿਸਤਾਨ 'ਚ ਚੱਲ ਰਿਹਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਬਲਕਿ ਉਹਨੂੰ ਇਗਨੋਰ ਕਰਕੇ ਲੋਕਾਂ ਨੂੰ ਕਿਸੇ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਭਾਰਤ ਨੂੰ ਦਿਖਾ ਕੇ ਭਾਰਤ ਨੂੰ ਬਦਨਾਮ ਕਰਕੇ ਭਾਰਤ ਦੇ ਲੋਕ ਬਦਨਾਮ ਕਰਕੇ ਜੋ ਕਿ ਹੜ ਕੇ ਕਰਨ ਜਿਹੜੀ ਹੜ ਕਰਕੇ ਜਿਹੜਾ ਹੈ ਉਹ ਦੂਜੇ ਪਾਸੇ ਪਹੁੰਚ ਗਏ ਇਸ ਵਕਤ ਮੈਂ ਤੁਹਾਨੂੰ ਦੱਸਦਾ ਪਿੰਡ ਪਰਜਨ ਬਿਹਾਰੀਪੁਰਾ ਜਿਹੜਾ ਕਿ ਲੁਧਿਆਣੇ ਤੋਂ 35 ਕਿਲੋਮੀਟਰ ਦੂਰ ਹੈ ਇਸ ਵਕਤ ਮੇਰੇ ਪਰਿਵਾਰ ਉਹਨਾਂ ਨਾਲ ਹੈ ਤੇ ਉਹਨਾਂ ਨਾਲ ਗੱਲ ਕਰਦੇ ਹਾਂ ਸਰਕਾਰ ਸਭ ਤੋਂ ਪਹਿਲਾਂ ਜੀ ਕਿ ਆਖਿਰਕਾਰ ਪਤਾ ਕਿਵੇਂ ਲੱਗਿਆ ਸੀ ਇਹ ਸਾਰੀ ਕਿ ਇਸ ਤਰੀਕੇ ਨਾਲ ਪਾਕਿਸਤਾਨ ਪਹੁੰਚ ਗਏ ਨੇ ਤੁਹਾਡੇ ਬੇਟੇ ਸਾਨੂੰ ਕਹਿੰਦੇ ਸੀ ਕਹਿੰਦੇ ਵੀ ਅਸੀਂ ਚੱਲੇ ਹਾਂ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਉੱਥੋਂ ਉਹਨਾਂ ਦੇ ਰਾਹ 'ਚ ਉਹਦੀ ਭੈਣ ਦਾ ਫੋਨ ਆ ਗਿਆ ਸੀ ਮਾਮੇ ਦੀ ਕੁੜੀ ਇੱਕ ਭੂਆ ਦੀ ਕੁੜੀ ਉੱਥੇ ਸੀ ਉਹਨਾਂ ਦਾ ਸਮਾਨ ਸਮੂਨ ਕੱਢਣਾ ਸੀ ਜਿਸ ਕਰਕੇ ਉੱਥੇ ਪਹੁੰਚ ਗਏ ਉਹਨਾਂ ਫੋਨ 'ਤੇ ਉਹਨਾਂ ਨੂੰ ਸੱਦਿਆ ਸੀ ਉੱਥੇ ਕਹਿੰਦੇ ਵੀ ਸਾਡਾ ਸਮਾਨ ਕੱਢ ਕੇ ਜਾਓ ਅਤੇ ਜਦ ਨੂੰ ਉੱਥੇ ਪਹੁੰਚੇ ਆ ਜਦ ਸਮਾਨ ਕੱਢਦਾ ਕੁੜਦਾ ਸਮਾਨ ਕੱਢ ਲਿਆ ਕੁਛ ਰਹਿ ਗਿਆ ਕੋਈ ਪਸ਼ੂ ਜਿਹੜੇ ਰੁੜ ਗਏ ਸੀ ਉਹਨਾਂ ਦੇ ਨਾਲ ਫੜਨ ਲੱਗੇ ਸੀ ਅਤੇ ਜਦ ਰੁੜ ਗਏ ਦੋਨੇ ਜਣੇ ਰਤਨਪਾਲ ਅਤੇ ਹਰਵਿੰਦਰ ਸਿੰਘ ਇਸ ਬਾਰੇ ਤੁਹਾਨੂੰ ਕਦ ਪਤਾ ਲੱਗਿਆ ਐਗਜੈਕਟਲੀ ਕਿ ਪਾਕਿਸਤਾਨ ਪਹੁੰਚ ਗਏ ਨੇ ਇਹ ਮੇਰਾ ਸਵਾਲ ਹੈ ਕਿਉਂਕਿ ਤੁਸੀਂ ਸਾਰੀ ਵਾਕਿਆ ਦੱਸੇ ਕਿ ਹੋਇਆ ਕੀ ਸੀ ਪਰ ਤੁਹਾਨੂੰ ਪਹਿਲੀ ਖਬਰ ਕਦ ਮਿਲੀ ਇਸ ਬਾਰੇ ਕਿ ਉਹ ਪਾਕਿਸਤਾਨ ਜਾ ਚੁੱਕੇ ਨੇ ਜਾਂ ਫਿਰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿਹਦਾ ਪਤਾ ਕਿਹਨੇ ਦੱਸਿਆ ਇਹ ਜੀ ਪੁਲਿਸ ਇੱਥੇ ਆ ਗਈ ਸੀ ਆਪਣੇ 28 ਤਰੀਕ ਨੂੰ ਜਦੋਂ ਉੱਥੇ ਰੇਂਜ ਅਫਸਰ ਕੋਲ ਪਹੁੰਚੇ 28 ਤਰੀਕ ਨੂੰ ਉੱਥੇ ਸਾਨੂੰ ਇੱਥੇ ਪੁਲਿਸ ਇਤਲਾਹ ਦੇਣ ਆਈ ਸੀ ਹਾਂਜੀ ਇੱਕ ਸਿਲਵਾਂ ਦੇ ਥਾਣੇ ਦਾ ਥਾਣਿਆ ਸੀਗਾ ਅਤੇ ਚੌਂਕੀ ਗਿੱਦੜਵਿੰਡੀ ਅਤੇ ਜਗਰਾਓਂ ਤੋਂ DSP ਆਏ ਸੀ ਉਹ ਸਾਨੂੰ ਦੱਸ ਕੇ ਗਏ ਕਹਿੰਦੇ ਵੀ ਇੱਥੇ ਤੁਹਾਡੇ ਦੋ ਬੰਦੇ ਪਾਕਿਸਤਾਨ ਦੇ ਰੇਂਜ 'ਚ ਪਹੁੰਚ ਗਏ ਹਾਂਜੀ ਅਤੇ ਫਿਰ ਉਸ ਤੋਂ ਬਾਅਦ ਕੀ ਦੱਸਿਆ ਉਹਨਾਂ ਨੇ ਤੁਸੀਂ ਪੁੱਛਿਆ ਨਹੀਂ ਕਿ ਕਿਵੇਂ ਵਾਪਸ ਲਿਆਉਂਗੇ ਕੀ ਕਰੋਗੇ ਉਸ ਬਾਰੇ ਕੋਈ ਜਾਣਕਾਰੀ ਦਿੱਤੀ ਉਹਨਾਂ ਨੇ ਸਾਨੂੰ ਉਹਨਾਂ ਨੇ ਹਰੇਕ ਗੱਲ ਕਹੀ ਸੀ ਕਹਿੰਦੇ ਵੀ ਜਦੋਂ ਅਸੀਂ ਵਾਪਸ ਮੁੜਾਂਗੇ ਤੁਹਾਨੂੰ ਦੱਸ ਦਿਆਂਗੇ ਫਿਰ ਉਹਨਾਂ ਦੋ ਤਰੀਕ ਦਾ ਟਾਈਮ ਦਿੱਤਾ 2 ਅਗਸਤ ਦਾ ਹਾਂਜੀ ਕਹਿੰਦੇ ਵਾਪਸ ਮੁੜਾਂਗੇ ਹਰਵਿੰਦਰ ਸਿੰਘ ਇਕੱਲੇ ਗਏ ਸੀਗੇ ਰਤਨਪਾਲ ਸਿੰਘ ਉਹਨਾਂ ਨਾਲ ਸੀਗੇ ਕਿਉਂਕਿ ਨਾਲ ਵਾਲੇ ਪਿੰਡ ਦੇ ਨੇ ਤੇ ਕੀ ਆਪਸ ਦੋਸਤੀ ਸੀਗੀ ਇਕੱਠੇ ਸੀਗੇ ਕੀ ਹੋਇਆ ਸੀ ਆਪਸ ਦੀ ਦੋਸਤੀ ਸੀ ਨਾਲੋਂ ਨਾਲ ਪਿੰਡ ਹੀ ਸੀ ਉਹਨਾਂ ਦੇ ਹਾਂਜੀ ਜਿੱਥੋਂ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਪਹੁੰਚੇ ਆ ਹਾਂਜੀ ਆਪਸ ਵਿੱਚ ਦੋਸਤੀ ਸੀਗੀ ਅਤੇ ਉਹਨਾਂ ਦੇ ਨਾਲ ਆਂਢ ਗੁਆਂਢ ਘਰ ਸੀਗੇ ਪਿਛਲਾ ਪਿੰਡ ਪਾਰ ਹੀ ਸੀਗਾ ਜੀ ਹਾਂਜੀ ਤਸਵੀਰ ਜ਼ਰੂਰ ਦਿਖਾ ਦੇਣਾ ਚਾਹੁੰਦਾ ਤਸਵੀਰ ਜ਼ਰੂਰ ਦਿਖਾ ਦਾਂ ਇਹ ਤਸਵੀਰ ਹੈ ਹਰਵਿੰਦਰ ਸਿੰਘ ਅਤੇ ਰਤਨਪਾਲ ਸਿੰਘ ਦੀ ਇਹ ਹਰਵਿੰਦਰ ਸਿੰਘ ਉਹਨਾਂ ਦੇ ਪਤਨੀ ਮੌਜੂਦ ਨੇ ਆਹੀ ਨੇ ਜੀ ਇਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੀ ਇਹਨਾਂ ਦੀ ਤੇ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਸਵਾਲ ਕਰ ਰਹੇ ਸੀਗੇ ਕਿ ਇਕੱਠੇ ਗਏ ਸੀਗੇ ਸਭ ਤੋਂ ਪਹਿਲਾਂ ਪੁਲਿਸ ਪਹੁੰਚੀ ਇੱਥੇ ਕੰਮ ਕਾਰ ਕੀ ਕਰਦੇ ਸੀ ਤੁਹਾਡੇ ਪਤੀ ਇਹ ਜ਼ਰੂਰ ਦੱਸੋ ਡਰਾਈਵਰੀ ਕਰਦਾ ਸੀ ਲੱਗਿਆ ਸੀ ਕਿਸੇ ਦੇ ਟਰੈਕਟਰ ਤੇ ਡਰਾਈਵਰੀ ਕਰਦਾ ਸੀ ਬਸ ਇਹੀ ਮਜਬੂਰੀ ਆ ਕਰਦੇ ਸੀਗੇ ਜਾਂ ਦਿਹਾੜੀ ਦਿਹੁੜੀ ਕਰਦੇ ਸੀਗੇ ਬਸ ਹੋਰ ਕੁਛ ਵੀ ਇਹ ਨਜਾਇਜ਼ ਪਾਇਆ ਗਿਆ ਵੀ ਇਹ ਤਾਂ ਗਏ ਸੀ ਆਹ ਕੰਮ ਗਏ ਸੀ ਇਹ ਕੰਮ 'ਚ ਕਦੇ ਉਹ ਗਏ ਹੀ ਨਹੀਂ ਸੀਗੇ ਹਾਂ ਜ਼ਰੂਰ ਗਏ ਸੀ ਪਰੋਏ ਪਰ ਆਪਦੀ ਭੈਣ ਕੋਲ ਜ਼ਰੂਰ ਗਏ ਸੀਗੇ ਤੁਸੀਂ ਕਹਿ ਰਹੇ ਹੋ ਇਹ ਕਹਿ ਰਹੇ ਨੇ ਕਿ ਗਏ ਦਰਬਾਰ ਸਾਹਿਬ ਸੀਗੇ ਅੰਮ੍ਰਿਤਸਰ ਗਏ ਸੀਗੇ ਉੱਥੋਂ ਹੁਸੈਨੀ ਵਾਲਾ ਬਾਰਡਰ ਕਿਵੇਂ ਇੱਕਦਮ ਤੋਂ ਪ੍ਰੋਗਰਾਮ ਬਣ ਗਿਆ ਕਿ ਆਪਾਂ ਫਿਰੋਜ਼ਪੁਰ ਵਾਲੇ ਪਾਸੇ ਚੱਲੀਏ ਕਿਉਂਕਿ ਉਹ ਤਾਂ ਕਾਫੀ ਫਿਰ ਵੀ ਡਿਸਟੈਂਸ ਪੈ ਜਾਂਦਾ ਇੱਥੋਂ ਗਿਆ ਸੀ ਮੱਥਾ ਟੇਕਣ ਲਈ ਉੱਥੇ ਉਹਦੀ ਭੈਣ ਦਾ ਫੋਨ ਆਇਆ ਸੀ ਕਿਸ ਚੀਜ਼ ਦਾ ਫੋਨ ਆਇਆ ਸੀ ਕਿਉਂਕਿ ਹੜ ਚੱਲ ਰਹੀ ਸੀ ਹੜਾਏ ਹੋਏ ਸੀ ਬਾਰਿਸ਼ਾਂ ਪੈ ਰਹੀਆਂ ਸੀਗੀਆਂ ਕਾਰਨ ਕੀ ਸੀਗਾ ਫੋਨ ਇਹੀ ਆਇਆ ਸੀ ਵੀ ਮੈਂ ਵੀ ਮੁਸੀਬਤ 'ਚ ਹਾਂ ਮੈਨੂੰ ਆ ਕੇ ਮੇਰੀ ਮਦਦ ਕਰੋ
ਵੀ ਉਹ ਕਹਿੰਦਾ ਚੱਲ ਵੀ ਮੇਰਾ ਦੋਸਤ ਵੀ ਮੇਰੇ ਨਾਲ ਆ ਵੀ ਅਸੀਂ ਆਉਣੇ ਆ ਉਹ ਉੱਥੇ ਚਲੇ ਗਿਆ ਆਪਦੀ ਭੈਣ ਕੋਲੇ ਕਿਸ ਕਿਸ ਚੀਜ਼ ਦਾ ਮੁਸੀਬਤ ਸੀ ਇਹੋ ਜੀ ਕਿਹੜੀ ਮੁਸੀਬਤ ਸੀ ਵੀ ਉਹ ਪਾਣੀ ਉਹਨਾਂ ਦੇ ਘਰੇ ਆਉਣ ਲੱਗੇ ਅੱਛਾ ਹਾਂਜੀ ਤੇ ਪਾਕਿਸਤਾਨ ਸਰਕਾਰ ਦਾਵਾ ਕਰ ਰਹੀ ਹੈ ਕਿ ਉਹਨਾਂ ਤੋਂ ਡਰੱਗਸ ਮਿਲੇ ਨੇ ਵੈਪਨਸ ਮਿਲੇ ਨੇ ਉਹ ਕੋਸ਼ਿਸ਼ ਕਰ ਰਹੀ ਸੀ ਸਮਗਲ ਕਰਨ ਦੀ ਇਸ ਕੀ ਕਹੋਗੇ ਕਿੰਨੀ ਸੱਚਾਈ ਮੰਨਦੇ ਹੋ ਕੋਈ ਇਹੋ ਜੀ ਕੋਈ ਗੱਲ ਸੀਗੀ ਉਹਨਾਂ ਨਾਲ ਕਦੇ ਕਿਉਂਕਿ ਤੁਸੀਂ ਤੁਹਾਡੇ ਤਾਂ ਪਤੀ ਸੀਗੇ ਕੋਈ ਇਹੋ ਜੀ ਕਦੇ ਗੱਲ ਹੋਈ ਹੋਏ ਕਿ ਕੁਝ ਤੁਸੀਂ ਸੁਣਿਆ ਹੋਏ ਇਹੋ ਜੀ ਕੋਈ ਗੱਲ ਸੀਗੀ ਨਹੀਂ ਕੋਈ ਗੱਲ ਇਹੋ ਜੀ ਨਹੀਂ ਸੀਗੀ ਕਦੇ ਇਹੋ ਜੀ ਗੱਲ ਹੋਈ ਨਹੀਂ ਸੀ ਇਹ ਜੀ ਗੱਲ ਹੁੰਦੀ ਤਾਂ ਫਿਰ ਅਸੀਂ ਕਿੱਥੇ ਦਾ ਕਿੱਥੇ ਹੋਣਾ ਸੀ ਜ਼ਰੂਰ ਦਿਹਾੜੀਆਂ ਹੀ ਕਰਨੀਆਂ ਸੀਗੀਆਂ ਮੇਰੇ ਬੱਚੇ ਜਮਾਂ ਹੀ ਛੋਟੇ ਆ ਬਾਕੀ ਪੰਚਾਇਤ ਨੂੰ ਪੁੱਛੇ ਹਾਂ ਵੀ ਪੰਚਾਇਤ ਪੁੱਛੇ ਵੀ ਕੀ ਕੰਮ ਕਰ ਲੱਗਿਆ ਕੀ ਕੁਛ ਹੈਗਾ ਉਹ ਆਪੇ ਪੰਚਾਇਤ ਵੀ ਦੱਸ ਸਕਦੀ ਹੈ ਮੱਥਾ ਟੇਕ ਆਪਦੀ ਭੈਣ ਕੋਲ ਚਲੇ ਗਏ ਉਥੋਂ ਉਹਨਾਂ ਨਾਲ ਕੀ ਹੋਇਆ ਕੀ ਨੀ ਉਹ ਬਾਕੀ ਮੈਨੂੰ ਨੀ ਪਤਾ ਸਾਡੇ ਨਾਲ ਨੇ ਸਰਪੰਚ ਸਾਹਿਬ ਤੁਹਾਨੂੰ ਕੋਈ ਜਾਣਕਾਰੀ ਮਿਲੀ ਵੀਡੀਓ ਕਿਹਨੇ ਬਣਾਇਆ ਸੀਗਾ ਤੇ ਉਹ ਕਿੱਥੇ ਖੜੇ ਸੀ ਜੋ ਇੱਕਦਮ ਤੋਂ ਰੁੜ ਗਏ ਕੀ ਹੋਇਆ ਕੀ ਸੀਗਾ ਸਰ ਇੱਕ ਨਜ਼ਦੀਕ ਹੈਗੀ ਰਾਜੋ ਗੱਟੀ ਸੈਨੀਅਲ ਬਾਰਡਰ ਦੇ ਨਾਲ ਹੀ ਅੱਧਾ ਕਿਲੋਮੀਟਰ ਤੇ ਉੱਥੇ ਨਾ ਸਿਸਟਰ ਲੈਂਦੀ ਸੀ ਤੇ ਉਹ ਸਮਾਨ ਕਢਾਉਣ ਵਾਸਤੇ ਬਹੁਤ ਜ਼ਿਆਦਾ ਪਾਣੀ ਆਇਆ ਸੀ ਪਸ਼ੂ ਕਢਾਉਣ ਵਾਸਤੇ ਗਏ ਸੀ ਇੱਕ ਨੇੜੇ ਹੈਗਾ ਹਜ਼ਾਰੇ ਵਾਲਾ ਪੁਲ ਸਰ ਉੱਥੇ ਨਜ਼ਦੀਕ ਹੈਗਾ ਉਹ ਤੋਂ ਪੁਲ ਟੁੱਟਿਆ ਸੀ ਉਹ ਨੰਗਰ ਪਾਰ ਕਰਨ ਲੱਗੇ ਸੀ ਉਹੀ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਵਾ ਉਹਦੇ ਨਾਲ ਰੁੜ ਕੇ ਪਾਕਿਸਤਾਨ ਚਲੇ ਗਏ ਨੇ ਉਹਨਾਂ ਦੇ ਰੇਂਜ ਅਫਸਰਾਂ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੋਨ ਕਰਦੇ ਆ ਗਜਨੀ ਵਾਲੇ ਚੌਂਕੀਆ ਜਗਿੰਦਰ ਸਿੰਘ ਵਾਲੀ ਉੱਥੋਂ ਸਰ ਫੋਨ ਆਇਆ ਗਾ ਵੀ ਕਹਿੰਦੇ ਤੁਹਾਡੇ ਦੋ ਕਿਸਾਨ ਰੁੜ ਕੇ ਪਾਕਿਸਤਾਨ ਆ ਚੁੱਕੇ ਨੇ ਉਹਨਾਂ ਨੇ ਆਪਣੇ ਰੇਂਜ ਅਫਸਰਾਂ ਨਾਲ ਗੱਲ ਕੀਤੀ ਰੇਂਜ ਅਫਸਰਾਂ ਨਾਲ ਸਾਡੇ ਨਾਲ ਕਨੈਕਟ ਕੀਤਾ ਕਿ ਸਰਪੰਚ ਤੁਹਾਡੇ ਪਿੰਡ ਦੇ ਬੰਦੇ ਆ ਲੋਕ ਨੇ ਤੁਸੀਂ ਜਾਣਦੇ ਮੈਂ ਹਾਂਜੀ ਸਰ ਜਾਣਦੇ ਹੈਗੇ ਇਹਨਾਂ ਨੂੰ ਪਰ ਇਹ ਸਾਡੇ ਪਿੰਡ ਦੇ ਨੇ ਕਹਿੰਦਾ ਇਹ ਦੋ ਇਹਨਾਂ ਦਾ ਸਨਾਕਸ਼ੀ ਕਾਰਡ ਦਾ ਰਾਸ਼ ਇਹਨਾਂ ਭੇਜੋ ਇਹਨਾਂ ਦੇ ਪਰੂਫ ਅਸੀਂ ਫਿਰ ਡਾਕੂਮੈਂਟ ਸੈਂਡ ਕੀਤੇ ਵੀ ਕਹਿੰਦੇ ਆਪਾਂ ਨੂੰ ਦੋ ਤਰੇ ਇਹ ਕੱਲ੍ਹ ਨੂੰ ਬੰਦੇ ਮਿਲ ਜਾਣਗੇ ਫਿਰ ਉਹਨਾਂ ਦੋ ਤਰੇ ਟਾਈਮ ਦਿੱਤਾ ਵਾ ਫਿਰ ਫਲੈਂਗ ਮੀਟਿੰਗ ਹੁੰਦੀ ਰਹੀ ਹੈ ਸਰ ਉੱਥੇ ਜਾ ਕੇ ਉਹਨਾਂ ਫਲੈਂਗ ਮੀਟਿੰਗ ਇਹੀ ਮੁੱਦਾ ਰੱਖਦੇ ਸੀ ਵੀ ਤੁਹਾਡੇ ਜਿਹੜੇ ਦੋ ਸਾਡੇ ਨਜੇਸ਼ ਗਲਤ ਪਾਏ ਗਏ ਨੇ ਬੰਦੇ ਇਹ ਵਾਪਸ ਕੀਤੇ ਜਾਣ ਉਹ ਕਹਿੰਦੇ ਵੀ ਦੋ ਤਰੀਕ ਨੂੰ ਅਸੀਂ ਛੱਡ ਦੇਵਾਂਗੇ ਤੁਹਾਡੇ ਬੰਦੇ ਵੀ ਤੂੰ ਦੋ ਤਰੀਕ ਨੂੰ ਸੈਨੀਅਲ ਬਾਰਡਰ ਤੇ ਆ ਕੇ ਤੁਸੀਂ ਲੈ ਜਿਓ ਫਿਰ ਅਸੀਂ ਦੋ ਤਰੀਕ ਨੂੰ ਪਰਿਵਾਰ ਸਮੇਤ ਸਾਰੇ ਅਸੀਂ ਇਕੱਠੇ ਹੋ ਕੇ ਗਏ ਉੱਥੇ ਉਹਨਾਂ ਦੋ ਤਰੀਕ ਨੂੰ ਨਹੀਂ ਛੱਡੇ ਉਹਨਾਂ ਸਰ ਉਹਨਾਂ ਨੇ ਫਿਰ ਉਹਨਾਂ ਨੇ ਟਾਈਮ ਰੱਖਤਾ ਕਹਿੰਦੇ ਫਿਰ ਅਗਾਂ ਦੇਖਾਂਗੇ ਮੀਟਿੰਗ ਕਰਾਂਗੇ ਫਿਰ ਮੀਟਿੰਗ ਜੋ ਹੋਊਗਾ ਫਿਰ ਫੈਸਲਾ ਹੋਊਗਾ ਸਰ ਕਾਰਨ ਕੀ ਲੱਗਦਾ ਕਿ ਫਲੈਗ ਮੀਟਿੰਗ ਵੀ ਹੋਈ ਫਿਰ ਛੱਡੇ ਕਿਉਂ ਨਹੀਂ ਗਏ ਜਦਕਿ ਪਾਕਿਸਤਾਨ ਜਿਹੜੇ ਰੇਂਜਰ ਸੀਗੇ ਉਹ ਮੰਨ ਚੁੱਕੇ ਸੀਗੇ ਤੇ ਹੁਣ ਕਿਉਂਕਿ ਜੇਲ੍ਹ 'ਚ ਨੇ ਉਹ ਦੋਨੋਂ ਤੇ ਸਮਾਂ ਵੀ ਲੱਗ ਸਕਦਾ ਕਿਉਂਕਿ ਪਾਕਿਸਤਾਨ ਦਾ ਆਪਣਾ ਲਾਅ ਹੈ ਆਪਣਾ ਕਾਨੂੰਨ ਹੈ ਆਪਣਾ ਪ੍ਰੋਸੀਜਰ ਹੈ ਤੇ ਕਾਰਨ ਕੀ ਲੱਗਦਾ ਕਿ ਉਹਨਾਂ ਨੂੰ ਫਿਰ ਛੱਡਿਆ ਕਿਉਂ ਨਹੀਂ ਗਿਆ ਸਰ ਉਹ ਤਾਂ ਬਿਲਕੁਲ ਰੇਸ਼ ਪਾਏ ਗਏ ਨੇ ਕੋਈ ਵਿਚਾਰੇ ਇਦਾਂ ਦੇ ਕੋਈ ਸਮਗਰ ਨਹੀਂ ਕਰਦੇ ਕੋਈ ਵੈਪਨ ਨਹੀਂ ਯੂਜ਼ ਕਰਦੇ ਵਿਚਾਰਿਆਂ ਦਾ ਘਰ ਬਾਰ ਤੁਸੀਂ ਦੇਖ ਹੀ ਲਿਆ ਵੀ ਕਿੱਦਾਂ ਦੇ ਆ ਦਿਹਾੜੀ ਦੱਪੇ ਵਾਲੇ ਬੰਦੇ ਹੈਗੇ ਆ ਪਰ ਨਜਾਇਜ਼ ਧੱਕਾ ਹੋਇਆ ਵਾ ਕੋਈ ਸਰ ਜੋ ਇਹ ਕਹਿ ਰਹੇ ਆ ਇਲਜ਼ਾਮ ਲਾ ਰਹੇ ਆ ਵੀ ਆਪਣੇ ਬੰਦਿਆਂ ਤੇ ਇਹ ਵਿਚਾਰੇ ਮੁੰਡੇ ਕਦੇ ਥਾਣੇ ਚੌਂਕੀ ਤੱਕ ਵੀ ਨਹੀਂ ਕਦੇ ਗਏ ਸੀ ਉਹਦੇ ਮੂਹਰ ਦੇ ਵੀ ਨੰਗੇ ਹੈਗੇ ਆ ਅੱਜ ਤੱਕ ਉਹਨਾਂ ਨੇ ਕਹਿ ਦਾ ਵੇਪਣ ਜਾਂ ਸਮਗਰ ਕੰਮ ਕਰਦੇ ਆ ਪਰ ਉਹ ਵਿਚਾਰੇ ਨਜਾਇਜ਼ ਪਾਏ ਗਏ ਸੀ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹੈਗੇ ਆ ਵੀ ਸਾਡੇ ਬੱਚੇ ਜੋ ਹੋਏਗੇ ਉਹ ਵਾਪਸ ਕੀਤੇ ਜਾਣ ਬਸ ਮੈਂ ਇੱਕ ਸਵਾਲ ਇਹਨਾਂ ਤੋਂ ਜ਼ਰੂਰ ਪੁੱਛ ਲਓ ਕਿ ਜਦੋਂ ਉਹਨਾਂ ਨੇ ਅੱਜ ਇਹ ਤਸਵੀਰਾਂ ਦੇਖੀਆਂ ਕਿ ਉਹਨਾਂ ਨੇ ਪਛਾਣ ਲਿਆ ਸੀ ਕਿਉਂਕਿ ਉਹ ਹਰ ਰੋਜ਼ ਬਾਰਡਰ 'ਤੇ ਜਾ ਰਹੇ ਸੀ ਇਸ ਉਮੀਦ ਦੇ ਨਾਲ ਕਿ ਸਾਡੇ ਜਿਹੜੇ ਘਰ ਦੇ ਮੈਂਬਰਸ ਨੇ ਉਹ ਵਾਪਸ ਆਉਣਗੇ ਰਤਨ ਲਾਲ ਵਾਪਸ ਆਏਗਾ ਹਰਵਿੰਦਰ ਵਾਪਸ ਆਏਗਾ ਪਰ ਅੱਜ ਤਸਵੀਰਾਂ 'ਚ ਉਹ ਪਹਿਚਾਣ ਸਕੇ ਕਿ ਹਾਂ ਇਹ ਤਾਂ ਸਾਡੇ ਹੀ ਘਰ ਦੇ ਪੁੱਤ ਨੇ ਜਦ ਪੁਲਿਸ ਪਹੁੰਚੀ ਸੀਗੀ ਜਦ ਤਸਵੀਰ ਦਿਖਾਈ ਤੁਸੀਂ ਇੱਕਦਮ ਤੋਂ ਪਛਾਣ ਲਿਆ ਸੀਗਾ ਕਿ ਆਪਣੇ ਪਿੰਡ ਦੇ ਨੇ ਆਪਣੇ ਨਾਲ ਵਾਲੇ ਪਿੰਡ ਦੇ ਨੇ ਉਹ ਸਰ ਜਦੋਂ ਪੁਲਿਸ ਪਹੁੰਚੀ ਤੇ ਉਹਨਾਂ ਨੇ ਸਰਚ ਕੀਤਾ ਇੱਥੇ ਵੀ ਅਸੀਂ ਕਹਿੰਦੇ ਵੀ ਇਹ ਪਾਕਿਸਤਾਨ ਬੰਦੇ ਪਹੁੰਚ ਕਿੱਦਾਂ ਗਏ ਨੇ ਵੀ ਅਸੀਂ ਰੁੜ ਕੇ ਦਰਿਆ ਦੇ ਵਿੱਚ ਚਲੇ ਗਏ ਨੇ ਪਰ ਸਾਡੇ ਬੱਚੇ ਇਦਾਂ ਦੇ ਵੀ ਨਹੀਂ ਹੈਗੇ ਨਾ ਕਦੇ ਉਹਨਾਂ ਨੇ ਇੱਕ ਪਰਚਾ ਦਰਜਾ ਨਾ ਕੋਈ ਰਤਨਦੀਪ ਤੇ ਨਾ ਉਹਨਾਂ ਤੇ ਹੈਗਾ ਨਾ ਕੋਈ ਸਮਗਰ ਦਾ ਹੈਗਾ ਵਾ ਇਹ ਤਾਂ ਪਾਣੀ ਦੀ ਵਹਾਅ ਨਾਲ ਰੁੜ ਕੇ ਚਲੇ ਗਏ ਨੇ ਅੱਜ ਤਾਂ ਇਹੀ ਗੱਲ ਕਹਿੰਦੇ ਵੀ ਸਾਡੇ ਬੱਚੇ ਜੇ ਕੋਈ ਗਨਾਹਦਾਰ ਹੈ ਗਿਆ ਸੀ ਬੈਠੇ ਪਰ ਅੱਜ ਤੱਕ ਹੁਣ ਤੱਕ ਉਹਨਾਂ ਕੁਛ ਵੀ ਨਹੀਂ ਫੜਿਆ ਗਿਆ ਐਵੇਂ ਇਲਜ਼ਾਮ ਗੰਭੀਰ ਲਾ ਜਿਹੜੇ ਚਾਰ ਹੋਰ ਫੜੇ ਗਏ ਨੇ ਉਹਨਾਂ ਦੇ ਵਿੱਚ ਇਹਨਾਂ ਸ਼ਾਮਲ ਕਰਤਾ ਵੀ ਇਹ ਬਸ ਬਹੁਤ ਧੰਨਵਾਦ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਤੇ ਅਸੀਂ ਸੁਣ ਪਾ ਰਹੇ ਹਾਂ ਕਿ ਪਰਿਵਾਰ ਇਸ ਉਡੀਕ ਦੇ ਵਿੱਚ ਸੀਗੇ ਕਿ ਉਹਨੇ ਉਹਨਾਂ ਦੇ ਘਰ ਦੇ ਮੈਂਬਰ ਵਾਪਸ ਆਉਣਗੇ ਰਤਨ ਲਾਲ ਵਾਪਸ ਆਏਗਾ ਹਰਵਿੰਦਰ ਵਾਪਸ ਆਏਗਾ ਪਰ ਹੁਣ ਪਤਾ ਨਹੀਂ ਕਦੋਂ ਉਹ ਵਾਪਸ ਆਉਣਗੇ ਪਾਕਿਸਤਾਨ ਕਦੋਂ ਉਹਨਾਂ ਨੂੰ ਛੱਡੇਗਾ ਕਿਉਂਕਿ ਉਹ ਪਾਕਿਸਤਾਨ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਹ ਨਸ਼ਾ ਤਸਕਰ ਨੇ ਇਹ ਹਥਿਆਰਾਂ ਦੀ ਜਿਹੜੀ ਹੈ ਸਮਗਲਿੰਗ ਕਰਦੇ ਨੇ।